ਖਬਰ ਤਰਨ ਤਾਰਨ ਤੋਂ ਹੈ ਜਿੱਥੇ ਸ਼ਰਾਬ ਠੇਕੇ ਤੋਂ ਪਿਸਤੌਲ ਦੀ ਨੋਕ ਤੇ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ। ਇਸ ਮੌਕੇ ਤੇ ਠੇਕੇ ਤੇ ਕੰਮ ਕਰਦੇ ਰਵਿੰਦਰ ਸਿੰਘ ਨੇ ਦੱਸਿਆ ਕਿ ਦੋ ਨੌਜਵਾਨ ਜਿਨ੍ਹਾਂ ਨੇ ਮੂੰਹ ਠੱਕਿਆ ਹੋਇਆ ਸੀਗਾ ਉਹਨਾਂ ਨੇ ਪਿਸਤੌਲ ਕੱਢ ਲਿਆ ਤੇ ਪੈਸੇ ਖੋਣੇ ਸ਼ੁਰੂ ਕਰ ਦਿੱਤੇ ਤੇ ਤਕਰੀਬਨ 20,000 ਦੇ ਕਰੀਬ ਨਕਦੀ ਲੈ ਕੇ ਉੱਥੋਂ ਦੀ ਫਰਾਰ ਹੋ ਗਏ। ਸੋ ਤਰਨ ਤਾਰਨ ਦੇ ਵਿੱਚ ਸ਼ਰਾਬ ਦੇ ਠੇਕੇ ਨੂੰ ਜੋ ਹੈ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਦੋ ਨੌਜਵਾਨ ਜੋ ਨੇ ਮੂੰਹ ਢੱਕ ਕੇ ਇੱਥੇ ਪਹੁੰਚੇ, ਪਿਸਤੌਲ ਦੀ ਨੋਕ ਦੇ ਉੱਤੇ ਉਹਨਾਂ ਨੇ ਜੋ ਹੈ ਉੱਥੋਂ ਦੀ ਨਕਦੀ ਲੁੱਟੀ ਤੇ ਫਰਾਰ ਹੋ ਗਏ।